ਅੱਜ ਸਾਡੇ ਥਾਣੇ 'ਚ ਦੋ ASI ਇੱਕ ASI ਗੁਰਦੇਵ ਸਿੰਘ ਅਤੇ ASI ਬਲਜੀਤ ਸਿੰਘ ਨੂੰ ਤਰੱਕੀ ਹੁੰਦੇ ASI ਪ੍ਰਮੋਟ ਕੀਤਾ ਗਿਆ ਡਿਪਾਰਟਮੈਂਟ ਤੋਂ। ਮੈਂ ਉਹਨਾਂ ਨੂੰ ਇਸ ਤਰੱਕੀ ਦੇ ਅਵਸਰ 'ਚ ਵਧਾਈਆਂ ਦਿੰਦਾ ਅਤੇ ਮੈਂ ਉਮੀਦ ਕਰਦਾ ਕਿ ਇਸ ਤਰ੍ਹਾਂ ਹੀ ਜਿਵੇਂ ਪਹਿਲਾਂ ਕੰਮ ਕਰਦੇ ਆਏ ਆ ਸਮਾਜ ਦੇ ਦੇਸ਼ ਦੇ ਲਈ ਉਹ ਇਹੀ ਕੰਮ ਕਰੀ ਜਾਣਗੇ। ਅਤੇ ਸਰ ਕਿੰਨੇ ਚਿਰ ਤਰੱਕੀ ਕਿੰਨੇ ਚਿਰ ਮਿਲੀਆਂ ਜੀ ਉਹਨਾਂ ਨੂੰ? ਇਹ ਸਾਡੇ ਡਿਪਾਰਟਮੈਂਟ 'ਚ ਹੁਣ ਫਿਕਸਡ ਹੋ ਗਿਆ ਕਿ ਵੀ ਜਿਹੜਾ ਟਾਈਮ ਅਰਸੇ ਬਾਅਦ ਜਿਵੇਂ ਜਿਵੇਂ ਕੁਛ ਜਿਹੜੇ ਭਰਤੀ ਹੁੰਦੇ ਆ ਉਹਨਾਂ ਨੂੰ ਇੱਕ ਫਿਕਸ ਟਾਈਮ ਬਾਅਦ ਪ੍ਰਮੋਸ਼ਨ ਦੇ ਦਿੰਦੇ ਆ। ਹੁਣ ਇਹਨਾਂ ਨੂੰ ਰੈਗੂਲਰ 16 ਸਾਲ ਹੌਲਦਾਰ ਹੋਣ ਤੋਂ ਬਾਅਦ ASI ਦੀ ਪ੍ਰਮੋਸ਼ਨ ਦਿੱਤੀ ਗਈ ਹੈ।